के लिए वो बर्गर करा रहे हैं, बर्गर वो वेटिंग करा रही है। दे दे बर्गर नू। हाँ। चल टाटा मिलते हैं, साले हाथ भी चक लिया करो। पता तो लग जू नहीं साले बेइज्जती कराऊंगे। फाइनली जस नू लैके आप चले हाँ, ਕਹਿੰਦਾ ਆਉਂਗੇ ਤੁਸੀਂ ਜੌਬ ਤੇ ਕੌਣ ਕਹਿੰਦਾ ਨਹੀਂ ਤਾਂ ਆ ਜਗਾ ਮੁੱਕੀ ਲੱਗਿਆ ਆਪਣੀ ਆਪ ਤੇ ਕਾ ਸੈਲਰੀ ਥੋੜੀ ਆ ਕਾ ਜੀ ਸਾਰਿਆਂ ਨੂੰ ਆਪ ਕਰ ਸਾਰੇ ਕਹਿੰਨੂ ਕੋ ਗਵਰਨਮੈਂਟ ਟੂ ਚਾਹਾਂਗਾ ਕੀ ਹਾਲ ਚਾਲ ਸਾਰੇ ਤੇ ਹੁਣ ਰੈਡੀ ਸ਼ੈਡੀ ਹੋ ਕੇ ਆਪਾਂ ਚੱਲੇ ਆ ਮੈਡੀਸਨ ਲੈਣ ਜਾਣੀ ਸੀਗੀ ਕਿਉਂਕਿ ਮੈਨੂੰ ਦੋ ਚਾਰ ਦਿਨਾਂ ਤੋਂ ਬੁਖਾਰ ਚੜ ਰਿਹਾ ਵਾ ਇਸੇ ਕਰਕੇ ਵਲੌਗ ਵੀ ਨਹੀਂ ਆ ਰਹੇ ਹੈਗੇ ਤੇ ਬੁਖਾਰ ਵੀ ਚੜ ਰਿਹਾ ਵਾ ਤੇ ਦੂਸਰੀ ਗੱਲ ਜਿਮ ਵੀ ਨਹੀਂ ਜਾ ਪਾ ਰਿਹਾ ਹੈਗਾ ਚੱਜ ਨਾਲ ਤੇ ਦੂਜੀ ਗੱਲ ਇਹ ਆ ਵੀ ਕੀ ਨਾਮ ਆ ਇੱਕ ਮਤਲਬ ਕਿ ਮੇਰੇ ਥੋੜ੍ਹਾ ਜਿਹਾ ਨਾ ਪੇਨ ਜੀ ਕਾਫੀ ਜ਼ਿਆਦਾ ਹੁੰਦੀ ਆ ਇੱਥੇ ਸਾਈਡ 'ਤੇ ਬੱਖੀ 'ਤੇ ਕੁਛ ਵਰਕਆਊਟ ਜ਼ਿਆਦਾ ਲਾਉਣ ਦੇ ਕਰਕੇ ਅਤੇ ਕੁਛ ਉੱਦਾਂ ਤਾਂ ਕਰਕੇ ਕਹਿੰਦੇ ਹੁਣ ਆਪਾਂ ਥੋੜ੍ਹੀ ਮੈਡੀਸਨ ਲੈਣ ਜਾਣੀ ਆ ਕਿਸੇ ਵਧੀਆ ਡਾਕਟਰ ਤੋਂ ਅਤੇ ਹੁਣ ਡਾਕਟਰ ਚੱਲਿਆ ਸੀ ਮੈਂ ਤਾਂ ਚਲੋ ਵਲੌਗ ਵੀ ਸਟਾਰਟ ਕਰ ਲੈਂਦੇ ਹਾਂ ਅਤੇ ਹੁਣ ਚੱਲਦੇ ਹਾਂ ਮੂੰਹ 'ਤੇ ਰੁਮਾਲ ਵਗੈਰਾ ਬੰਨੀਆਂ ਪਿੱਛੇ ਧੁੱਪ ਬਹੁਤ ਜ਼ਿਆਦਾ ਵਾ ਫਾਈਨਲੀ ਆਪਾਂ ਰੁਮਾਲ ਬੰਨ ਲਿਆ ਰੁਮਾਲ ਬੰਨ ਕੇ ਹੁਣ ਨਿਕਲਣ ਲੱਗੇ ਹਾਂ ਸਿੱਧਾ ਡਾਕਟਰ ਕੋਲ ਫਾਈਨਲੀ ਆਪਾਂ ਜਾ ਰਹੇ ਹਾਂ ਦਵਾਈ ਲੈਣ ਦੇ ਲਈ ਮੈਡੀਸਨ ਅਤੇ ਮੈਡੀਸਨ ਲੈ ਕੇ ਗਾਹ 'ਚ ਆਪਾਂ ਪਾਉਣਾ ਵਾ ਜੇ ਤੇਲ ਬਾਈਕ 'ਚ ਪੈਟਰੋਲ ਪਾਉਣਾ ਵਾ ਪੈਟਰੋਲ ਪਵਾ ਕੇ ਫਿਰ ਨਿਕਲਦੇ ਹਾਂ ਮਿੱਤਰੋ ਫਾਈਨਲੀ ਪੈਟਰੋਲ ਪਵਾ ਕੇ ਆਪਾਂ ਨਿਕਲ ਗਏ ਹਾਂ ਹੁਣ ਚੱਲੇ ਹਾਂ ਸਿੱਧਾ ਦਵਾਈ ਲੈਣ ਦੇ ਲਈ ਥੋੜ੍ਹਾ ਜਿਹਾ ਜਾਣਾ ਦੂਰ ਮਾਰਕੀਟ ਸਾਈਡ ਜਾਣਾ ਉਹਨੂੰ ਡਾਕਟਰ ਦੇ ਗਏ ਸੀਗੇ ਪਰ ਡਾਕਟਰ ਨੇ ਆਪਾਂ ਨੂੰ ਨੰਬਰ ਦੇ ਦਿੱਤਾ ਵਾ ਮਤਲਬ ਕਿ ਆਪਣੀ ਵਾਰੀ ਆਊਗੀ ਸ਼ਾਮ ਨੂੰ 6:30 ਵਜੇ ਆਪਾਂ ਨੂੰ ਘੱਟੋ ਘੱਟ 6:30 ਜਾਣਾ ਪੈਣਾ ਵਾ ਤਾਂ ਆਪਣੀ ਵਾਰੀ ਆਉਣੀ ਆ ਅਤੇ ਨੰਬਰ ਵੀ 76 ਦਿੱਤਾ ਵਾ ਜਿਹੜਾ ਵੀ ਇੰਨਾ ਵੱਡਾ ਨੰਬਰ ਆ ਅਤੇ ਸ਼ਾਮ ਨੂੰ ਹੁਣ ਜਾਣਾ ਪੈਣਾ ਆਪਾਂ ਨੂੰ ਅਤੇ ਹੁਣ ਆਪਾਂ ਚੱਲਦੇ ਹਾਂ ਘਰੇ ਸਿੱਧਾ ਅਤੇ ਬਾਕੀ ਰਹੀ ਗੱਲ ਯਾਰ ਇੱਦਾਂ ਆਇਆ ਚਲੋ ਇੰਨਾ ਹੋ ਗਿਆ ਵੀ ਚਲੋ ਪੈਂਟ ਪੈਂਟ ਜੀ ਮਿਲ ਜੂਗੀ ਤਾਂ ਲਾਜ਼ਮੀ ਗੱਲ ਆ ਵੀ ਡਾਕਟਰ ਥੋੜ੍ਹਾ ਜਿਹਾ ਮਸ਼ਹੂਰ ਆ ਜਿਹਨਾਂ ਨੂੰ ਸੀਗਾ ਦਵਾਈ ਲੈਣ ਦੇ ਲਈ ਅਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਘਰ ਜਾ ਕੇ ਰੋਟੀ ਪਾਣੀ ਤਾਂ ਖਾਧਾ ਹੋਇਆ ਵਾ ਜਿਮ ਵੀ ਨਹੀਂ ਜਾ ਗਿਆ ਹੈਗਾ ਕੰਮ ਕਰਦਾ ਦਾ ਅਤੇ ਬੋਡੀ ਵੀ ਥੋੜ੍ਹੀ ਡਾਊਨ ਹੋਈ ਹੋਈ ਆ ਫਾਈਨਲੀ ਸ਼ਾਮ ਦਾ ਟਾਈਮ ਹੋ ਰਿਹਾ ਘਰ ਆ ਕੇ ਮੈਂ ਸੋ ਗਿਆ ਸੀ ਹੁਣ ਮੈਂ ਦੁਬਾਰਾ ਰੈਡੀ ਹੋਇਆ ਵਾਂ ਤੁਹਾਨੂੰ ਪਤਾ ਹੁਣ ਪੈਂਟ ਕਮੀਜ਼ ਤਾਂ ਪਾਈ ਨਹੀਂ ਜਾਣੀ ਸੀਗੀ ਸ਼ਾਮ ਦਾ ਟਾਈਮ ਹੋ ਗਿਆ ਅਤੇ 5:30 ਹੋਏ ਹੋਏ ਆ ਅਤੇ 6:30 ਵਜੇ ਦੀ ਆਪਣੀ ਅਪੁਆਇੰਟਮੈਂਟ ਆ ਡਾਕਟਰ ਦੀ ਅਤੇ ਮੈਂ ਕਿਹਾ ਚਲੋ ਹੁਣ ਨਿਕਲਦੇ ਹਾਂ 10 ਜਾਣ ਲੱਗੇ 10-15 ਮਿੰਟ ਲੱਗ ਜਾਂਦੇ ਆ ਅਤੇ ਜਸਵਿੰਦਰ ਹੁਣੀ ਆ ਰਿਹਾ ਟਿਊਸ਼ਨ 'ਤੇ ਗਿਆ ਹੋਇਆ ਸੀਗਾ ਅਤੇ ਆਉਂਦਾ ਵਾ ਬਸ ਮੋਟਰਸਾਈਕਲ ਲੈ ਕੇ ਨਿਕਲਦੇ ਹਾਂ ਆਪਾਂ ਆਪਣੀ ਦਵਾਈ ਲੈ ਕੇ ਆਉਂਦੇ ਹਾਂ ਅਤੇ ਫਸਟ ਆਫ ਆਲ ਪਹਿਲਾਂ ਆਪਣਾ ਨਾ ਖਾ ਲਈਏ ਫਾਈਨਲੀ ਆਪਣੀ ਬਾਈਕ ਆ ਗਈ ਆ ਅਤੇ ਹੁਣ ਬਸ ਨਿਕਲਣ ਲੱਗੇ ਹਾਂ ਅਤੇ ਦਵਾਈ ਲਈ ਪੈਸੇ ਫੜ ਲਈਏ ਭੁੱਲ ਗਏ ਸੀਗੇ ਇੱਧਰੋਂ ਫਾਈਨਲੀ ਜਸ ਨੂੰ ਲੈ ਕੇ ਆਪਾਂ ਚੱਲੇ ਹਾਂ ਕਹਿੰਦਾ ਆਉਂਗੇ ਤੁਸੀਂ ਜੌਬ ਤੇ ਕੌਣ ਕਹਿੰਦਾ ਸੈਲਰੀ ਥੋੜ੍ਹੀ ਆ ਦਵਾਈ ਲੈ ਕੇ ਹੁਣ ਵਿਹਲੇ ਹੋਏ ਹਾਂ ਅਤੇ ਘੱਟੋ ਘੱਟ ਟਾਈਮ ਹੋ ਰਿਹਾ ਵਾ 8 ਵੱਜ ਗਏ ਆ 8:30 ਹੋ ਗਿਆ ਟਾਈਮ ਮੈਂ ਦੇਖਿਆ ਨਹੀਂ ਹੈਗਾ ਧਿਆਨ ਨਾਲ ਅਤੇ ਬਾਕੀ ਹੁਣ ਆਪਾਂ ਜਸ ਨੂੰ ਕੱਟਣ ਚੱਲੇ ਹਾਂ ਘਰੇ ਠੀਕ ਆ ਅਤੇ ਬਾਕੀ ਸਾਨੂੰ ਦਵਾਈ ਲੈਂਦੇ ਘੱਟੋ ਘੱਟ 2-2.5 ਘੰਟੇ ਲੱਗ ਗਏ ਆਏ ਸੀ ਅੱਗੇ 6:00 ਵਜੇ ਆਏ ਸੀਗੇ 8:00 ਵੱਜ ਗਏ ਸਾਨੂੰ 6:30 ਵਜੇ ਇੱਧਰ ਨੂੰ ਵੀ ਬੜੇ ਆ ਨਾ ਓਏ ਹਾਂ
ਤੈਨੂੰ ਕੈਫੇ ਲੱਭੇ ਹੁਣ ਕਿਤੇ ਢਾਬੇ ਤੇ ਬੈਠ ਕੇ ਪੀ ਰਹੇ ਆ ਬਰਗਰ ਕਰਾ ਰਹੇ ਹਾਂ ਬਰਗਰ ਬਰਗਰ ਖਾਣੇ ਚੱਲ ਜਾਂਦੇ ਆਹੋ ਇੱਦਾਂ ਹੀ ਆ ਜਦੋਂ ਹੁੰਦੇ ਪਏ ਬੰਦੇ ਫਿਰ ਇੱਦਾਂ ਹੀ ਚੱਲ ਜਾਂਦੇ ਆ ਟਾਈਮ ਦੇਖ ਲਾ ਕਿੰਨਾ मूहे तो पी नीली लिया मित्रों फाइनली आप जा रहे सन व्यू ਗਾਈਜ਼ ਆਪਾਂ ਜਾ ਰਹੇ ਹਾਂ ਸਨ ਵਿਊ ਆਪਾਂ ਕੁਲਵਿੰਦਰ ਨੂੰ ਬਰਗਰ ਕੁਲਵਿੰਦਰ ਲਈ ਬਰਗਰ ਕਰਾਏ ਸੀਗੇ ਸਟਾਰਬਕ ਪੀ ਕੇ ਫਿਰ ਆਪਾਂ ਚੱਲ ਜਾਣਾ ਸਿੱਧਾ ਘਰ ਨੂੰ ਜਾਂ ਘਰੇ ਕੱਢਣ ਘਰੇ ਛੱਡ ਕੇ ਫਿਰ ਦੇ ਦੇ ਬਰਗਰ ਨੂੰ ਚੱਲ ਟਾਟਾ ਮਿਲਦੇ ਹਾਂ ਸਾਲੇ ਹੱਥ ਵੀ ਚੱਕ ਲਿਆ ਕਰੋ ਹਾਂ ਪਤਾ ਤਾਂ ਲੱਗ ਜੂ ਨਹੀਂ ਤਾਂ ਸਾਲੇ ਬੇਇੱਜ਼ਤੀ ਕਰਾਉਂਗੇ ਸਾਲੇ ਬਲੌਗ 'ਚ ਵੀ ਨਹੀਂ ਪੁੱਛ ਜੀ ਮੈਂ ਸਭ ਬਣਾ ਮਿਲਦੇ ਹਾਂ ਅੱਧੀ ਰਾਤ ਕਰੋ ਬਾਹਰ ਕਾਤੋ ਬਾਹਰ ਸਟਾਰਬਕ ਹੱਥ 'ਚ ਰੋਲਾ ਪਾਣਾ ਕੱਠ ਚ ਜਗਨਨਾਥ ਮੰਦਿਰ ਨੀ ਗਿਆ ਐਨਕੋ ਮੰਦਿਰ ਆਹੋ ਐਨਕੋ ਟੈਂਪਲ ਆਹੋ ਬੱਬੇ ਉਦਣ ਕੱਠ ਬੜਾ ਸੀਗਾ ਨਾ ਐਵੇਂ ਯਾਰ ਕਰਦੇ ਮੈਂ ਦੱਸ ਕੇ ਨੀ ਗਿਆ ਨਹੀਂ ਤਾਂ ਘਰ ਦੇ ਫੋਨ ਕਰਨ ਲੱਗ ਗਏ ਸੀਗੇ ਨਹੀਂ ਆਪਾਂ ਰੋਕ ਕੇ ਜਾਣਾ ਸੀਗਾ ਦੇਲਾ ਫੋਰਨਰ ਲੱਗੇ ਹੋਏ ਸੀਗੇ ਨਾ ਕੀਰਤਨ ਕਰਨ ਬਹੁਤ ਘੱਟ ਸੀਗਾ ਫਾਈਨਲੀ ਆਪਾਂ ਸ਼ੋਲਡਰ ਦੀ ਵਰਕਆਊਟ ਲਾ ਕੇ ਹੁਣ ਚੱਲਿਆ ਘਰ ਨੂੰ ਸ਼ੋਲਡਰ ਦੀ ਵਰਕਆਊਟ ਸਾਰੀ ਨਹੀਂ ਲੱਗੀ ਹੈਗੀ ਥੋੜ੍ਹਾ ਟਾਈਮ ਹੀ ਸੀਗਾ ਆਪਣੇ ਕੋਲ ਘੰਟਾ ਕੀ ਸੀਗਾ ਅਤੇ ਘੰਟੇ 'ਚੋਂ ਵੀ ਸਮਝਦੇ ਤੁਸੀਂ ਪੌਣਾ ਕੁ ਘੰਟਾ ਹੀ ਲੱਗੀ ਆ ਵਰਕਆਊਟ ਉਹਦੇ 'ਚ ਵੀ ਸਾਰੀ ਨਹੀਂ ਲੱਗੀ ਗਰਮੀ ਬਹੁਤ ਜ਼ਿਆਦਾ ਸੀਗੀ ਸੋ ਇਸ ਕਰਕੇ ਤੁਹਾਨੂੰ ਪਤਾ ਥੋੜ੍ਹਾ ਠੀਕ ਹੈ ਵੀ ਨਹੀਂ ਹੈਗਾ ਤਾਂ ਕਰਕੇ ਹੁਣ ਬਸ ਚੱਲੇ ਹਾਂ ਘਰ ਨੂੰ ਜਾ ਰਹੇ ਹਾਂ ਘਰ ਨੂੰ ਪਹੁੰਚਣ ਵਾਲੇ ਹਾਂ ਮਿਲਦੇ ਹਾਂ ਘਰੇ ਜਾ ਕੇ ਦਵਾਈ ਵੀ ਉਸਦੀ ਮੇਰੇ ਕੋਲ ਹੀ ਆ ਮੈਂ ਜਿੰਮ 'ਚ ਲੈ ਗਿਆ ਸਿੱਧੀ ਮੈਂ ਕਿਹਾ ਚਲੋ ਘਰੇ ਜਦੋਂ ਜਾਣਾ ਉਦੋਂ ਹੀ ਜਾਵਾਂਗੇ ਹੁਣ